ਕੁੜੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਡਿੰਪਲ ਵਾਲਾ ਮੁੰਡਾ ਸ਼ੈਰੀਮਾਨ ਬਹੁਤ ਜਲਦੀ ਆਪਣੀ ਨਵੀਂ ਫਿਲਮ ਮੈਰਿਜ ਪੈਲਸ ਸ਼ੁਰੂ ਕਰਨ ਜਾ ਰਹੇ ਨੇ। ਮੈਰਿਜ ਪੈਲਸ ਹੈਪੀ ਗੋਇਲ ਪਿਕਚਰ ਦੇ ਬੈਨਰ ਹੇਠ ਬਣਨ ਜਾ ਰਹੀ ਹੈ। ਇਸ ਫਿਲਮ ਵਿੱਚ ਸ਼ੈਰੀਮਾਨ ਦੇ ਨਾਲ ਪਾਇਲ ਰਾਜਪੂਤ ਲੀਡ ਕਰ ਰਹੇ ਨੇ। ਮੈਰਿਜ ਪੈਲਸ ਇੱਕ ਰੋਮਾਂਟਿਕ ਕਾਮੇਡੀ ਹੈ ਤੇ ਉਸ ਟਾਈਮ ਨੂੰ ਦਰਸਾਉਂਦੀ ਹੈ ਜਦੋਂ ਮੈਰਿਜ ਪੈਲਸ ਨਵੇਂ ਚੱਲੇ ਸਨ। ਸ਼ੈਰੀ ਤੇ ਪਾਇਲ ਤੋਂ ਇਲਾਵਾ ਕਾਮੇਡੀ ਦੇ ਵੱਡੇ ਨਾਮ ਜਸਵਿੰਦਰ ਭੱਲਾ, ਬੀ ਐਨ ਸ਼ਰਮਾ, ਸੁਮਿਤ ਗੁਲਾਟੀ, ਉਮੰਗ ਸ਼ਰਮਾ ਵੀ ਇਸ ਕਹਾਣੀ 'ਚ ਨਜ਼ਰ ਆਉਣਗੇ। ਮੈਰਿਜ ਪੈਲਸ ਨੂੰ ਲਿਖਿਆ ਹੈ ਰਾਕੇਸ਼ ਧਵਨ ਨੇ, ਜਿਨ੍ਹਾਂ ਨੇ ਆਪਣੀ ਪਿਛਲੀ ਫਿਲਮ ਗੋਲਖ ਬੁਗਨੀ ਬੈਂਕ ਤੇ ਬਟੂਆ ਦੇ ਨਾਲ ਦਰਸ਼ਕਾਂ ਨੂੰ ਭਰਪੂਰ ਮਨੋਰੰਜਿਤ ਕੀਤਾ ਸੀ। ਇਸ ਕਹਾਣੀ ਦਾ ਨਿਰਦੇਸ਼ਨ ਕਰਨਗੇ ਸੁਨੀਲ ਠਾਕੁਰ। ਸ਼ੈਰੀਮਾਨ ਦੀ ਮੈਰਿਜ ਪੈਲਸ ਦਾ ਸ਼ੂਟ 25 ਜੂਨ ਤੋਂ ਸ਼ੁਰੂ ਹੋਵੇਗਾ ਤੇ ਇਸ ਦੀ ਸ਼ੂਟਿੰਗ ਚੰਡੀਗੜ੍ਹ ਤੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਕੀਤੀ ਜਾਵੇਗੀ। ਸ਼ੈਰੀਮਾਨ ਨੇ ਕਿਹਾ ਕਿ ਲੋਕਾਂ ਨੂੰ ਇਸ ਫਿਲਮ 'ਚ ਇੱਕ ਨਵਾਂ ਸ਼ੈਰੀਮਾਨ ਦੇਖਣ ਨੂੰ ਮਿਲੇਗਾ। ਉਹਨਾਂ ਨੇ ਲੋਕਾਂ ਦੇ ਆਏ ਪੁਰਾਣੀਆਂ ਫਿਲਮਾਂ ਦੇ ਫੀਡਬੈਕ ਤੇ ਚੰਗੀ ਤਰ੍ਹਾਂ ਕੰਮ ਕੀਤਾ ਹੈ ਤੇ ਉਹ ਹੁਣ ਇਸ ਫਿਲਮ ਦੇ ਨਾਲ ਦਰਸ਼ਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਨਗੇ। ਮੈਰਿਜ ਪੈਲਸ 28 ਸਤੰਬਰ ਨੂੰ ਰਿਲੀਜ਼ ਹੋਵੇਗੀ ਤੇ ਸ਼ੈਰੀ ਲੋਕਾਂ ਨੂੰ ਕਿੰਨਾ ਐਂਟਰਟੇਨ ਕਰਦੇ ਹਨ ਇਹ ਤਾਂ 28 ਸਤੰਬਰ ਤੋਂ ਬਾਅਦ ਹੀ ਪਤਾ ਲੱਗੇਗਾ। ਅਸੀਂ ਮੈਰਿਜ ਪੈਲਸ ਦੀ ਸਾਰੀ ਟੀਮ ਨੂੰ ਬੈਸਟ ਵਿਸ਼ਿਜ਼ ਦਿੰਦੇ ਹਾਂ। ਪੰਜਾਬੀ ਸਿਨੇਮਾ ਦੀ ਅਪਡੇਟ ਸਭ ਤੋਂ ਪਹਿਲਾਂ ਜਾਣਨ ਲਈ ਤੁਸੀਂ ਕਨੈਕਟਡ ਰਹੋ ਫੋਰਐਵਰ ਮੀਡੀਆ ਦੇ ਨਾਲ।